ਹੁਸ਼ਿਆਰਪੁਰ ਵਿਜੀਲੈਂਸ ਵਿਭਾਗ ਨੇ ਹੁਸ਼ਿਆਰਪੁਰ ਤਹਿਸੀਲ ਦੇ ਤਹਿਸੀਲਦਾਰ ਹਰਵਿੰਦਰ ਸਿੰਘ ਦੇ ਰੀਡਰ ਸਰਵਨ ਸਿੰਘ ਨੂੰ 10,000 ਰੁਪਇਆ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫਤਾਰ ਕਰ ਲਿਆ। ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਮਾਲ ਵਿਭਾਗ ਦੇ ਵਿੱਚ ਇੱਕ ਹੋਰ ਕਾਰਨਾਮਾ ਜੁੜ ਗਿਆ ਹੈ। ਤਹਿਸੀਲਦਾਰ ਹਰਵਿੰਦਰ ਸਿੰਘ ਦੀ ਡਿਊਟੀ ਦੇ ਵਿੱਚ ਤੈਨਾਤ ਰੀਡਰ ਸਰਵਨ ਸਿੰਘ ਤੇ ਡਰਾਈਵਰ ਨੂੰ ਵਿਜੀਲੈਂਸ ਵਿਭਾਗ ਨੇ 10,000 ਰੁਪਇਆ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਦੇ ਵੱਲੋਂ ਵਿਭਾਗ ਨੂੰ ਦੱਸਿਆ ਗਿਆ ਸੀ ਕਿ ਇੱਕ ਜ਼ਮੀਨ ਦੇ ਤਬਾਦਲੇ ਦੇ ਚਲਦੇ ਉਸ ਦੇ ਕੋਲੋਂ 14,000 ਰੁਪਇਆ ਦੀ ਰਿਸ਼ਵਤ ਮੰਗੀ ਜਾ ਰਹੀ ਹੈ, ਜਿਸ ਤੋਂ ਬਾਅਦ ਸੌਦਾ 10,000 ਦੇ ਵਿੱਚ ਤੈਅ ਹੋਇਆ। ਟਰੈਪ ਲਗਾ ਕੇ ਵਿਭਾਗ ਦੇ ਵੱਲੋਂ ਰੰਗੇ ਹੱਥੀਂ ਹੀ ਡਰਾਈਵਰ ਅਤੇ ਰੀਡਰ ਨੂੰ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਸਰਵਨ ਸਿੰਘ ਲੰਬੇ ਸਮੇਂ ਤੋਂ ਇੱਥੇ ਡਿਊਟੀ ਤੇ ਤੈਨਾਤ ਸੀ। ਅਕਸਰ ਹੀ ਉਸ ਦੇ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਉਸ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਹੈ। ਜਿਹੜਾ ਸਰਵਨ ਚੰਦ ਰੀਡਰ ਹੈ ਤਹਿਸੀਲਦਾਰ ਸਾਹਿਬ ਦਾ ਹੁਸ਼ਿਆਰਪੁਰ ਦਾ, ਇਹਨੇ ਸਾਡੇ ਕੰਪਲੇਨਟ ਹੈ ਹਰਦੀਪ ਸਿੰਘ ਉਹਦੀ ਇੱਕ ਰਜਿਸਟਰੀ ਸੀ ਟਾਈਮਰ, ਉਹਦੀ ਰਜਿਸਟਰੀ ਕਰਾਉਣ ਦੇ ਬਦਲੇ ਜਿਹੜੀ ਪੁੱਡਾ ਦੀ ਐੱਨ ਓ ਸੀ ਤੋਂ ਬਿਨਾਂ ਐੱਨ ਓ ਸੀ ਭਾਵੇਂ ਲਾਗੂ ਵੀ ਨਹੀਂ ਹੁੰਦੀ ਸੀ, ਉਹਦੇ ਰਜਿਸਟਰੀ ਕਰਾਉਣ ਦੇ ਬਦਲੇ 14,000 ਰੁਪਏ ਦੀ ਡਿਮਾਂਡ ਕੀਤੀ ਸੀ ਅਤੇ ਸੌਦਾ ਜਿਹੜਾ ਉਹ 10,000 'ਚ ਤੈਅ ਹੋ ਗਿਆ ਸੀ ਅਤੇ ਅੱਜ ਦਾ ਟਾਈਮ ਸੀਗਾ ਜੀ। 10,000 ਰੁਪਈਆ ਲੈਂਦੇ ਰੰਗੇ ਹੱਥੀਂ ਆਪਾਂ ਗ੍ਰਿਫਤਾਰ ਕਰ ਲਈ। ਜਿਹੜੀ ਰਿਕਵਰੀ ਹੈ ਪੈਸੇ ਹੈ ਇਹ ਕਿਹਨਾਂ ਕੋਲੋਂ ਬਰਾਮਦ ਹੋਏ? ਇਹ ਇੰਨੇ ਪੈਸੇ ਲੈ ਕੇ ਉੱਥੇ ਦਰਜਾ 4 ਰਾਜੇਸ਼ ਕੁਮਾਰ ਪੀਐਨ ਉਹਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਫੜਾ ਦਿੱਤੇ, ਰਿਕਵਰੀ ਰਾਜੇਸ਼ ਕੁਮਾਰ ਤੋਂ ਹੋਈ। ਉਹਨਾਂ ਨੇ ਮੰਨੀ ਇਹ ਵੀ ਪੈਸੇ ਉਹਨਾਂ ਨੇ ਖੁਦ ਮੰਗੇ ਸੀ ਜਾਂ ਦੂਸਰੇ ਨੇ ਕਿਸੇ ਨੇ ਕਿਹਾ ਸੀ ਉਹਨਾਂ ਨੂੰ? ਕਿਸੇ ਕਿੱਦਾਂ ਜੀ, ਕਿੱਦਾਂ ਕਿਹਨੇ ਦਰਜਾ 4 ਆ ਉਹਨੇ ਕੀ ਦੱਸਿਆ? ਦਰਜਾ 4 ਨੇ ਉਹਦੇ ਕਹਿਣ 'ਤੇ ਉਹ ਪੈਸੇ ਫੜ ਲਏ, ਇਟ ਮੀਨਸ ਕਿ ਦੇ ਆਰ ਇਜ਼ ਅ ਕਨਾਈਮੈਂਸ। ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਜੀ ਵੀ ਉਹ ਪੈਸੇ ਇਹਨੇ ਹੀ ਫੜੇ ਸੀ, ਕਲਰਕ ਨੇ ਹੀ ਫੜੇ ਸੀ? ਹਾਂਜੀ ਹਾਂਜੀ, ਠੀਕ ਹੈ। ਰੀਡਰ ਰੀਡਰ ਸੌਰੀ ਸਰਕਾਰੀ ਗਵਾਹ ਕਿਹਦੀ? ਸਰਕਾਰੀ ਗਵਾਹ ਹਾਂਜੀ, ਗੈਸਟਡ ਅਫਸਰ ਨੇ ਦੋਨੋਂ ਹੀ, ਡਾਕਟਰ ਨੇ। ਅਗਲੀ ਇਨਵੈਸਟੀਗੇਸ਼ਨ ਚੱਲਦੀ ਹੈ ਜੀ, ਇਨਵੈਸਟੀਗੇਸ਼ਨ ਦੇ ਵਿੱਚ ਜਿੱਦਾਂ ਦੇ ਹਾਲਾਤ ਆਉਣਗੇ ਉੱਦਾਂ ਦੀ ਤਫਤੀਸ਼ ਕਰਕੇ ਉੱਦਾਂ ਦੀ ਕਾਰਵਾਈ ਕੀਤੀ ਜਾਵੇਗੀ। ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ।